Prelims Zang. ਜੁਗਨੀ ਦਾ ਨਾਂ ਲੈ ਕੇ ਤੂੰ ਹੈ ਸ਼ੁਰੂਆਤ ਕੀਤੀ ਹੈਗੀ ਨਾਲੇ ਅੱਛਾ ਜੁਗਨੀ ਪਤਾ ਹੈਗਾ ਉਦਾਂ ਕੀ ਹੁੰਦੀ ਹੈ ਨਹੀਂ ਸਰ ਆਏ ਪਰ ਦੇਖੋ ਇਹ ਗਾਣਾ ਕਿੰਨੀ ਫੀਲ ਨਾਲ ਇਹਨੇ ਗਾਇਆ ਹੈਗਾ ਤਾਂ ਚੱਲੀ ਉਧਰੋਂ ਨਾਲੇ ਆਪਾਂ ਜੁਗਨੀ ਦਾ ਮਤਾ ਇਦਾਂ ਕਰਦੇ ਆ ਆਪਾਂ ਲਖਵਿੰਦਰ ਭਾਜੀ ਕੋਲ ਚੱਲਦੇ ਆ ਉਹਨਾਂ ਨੇ ਵੀ ਆ ਗੀਤ ਗਾਇਆ ਜਿੱਦਾਂ ਹਾਂਜੀ ਲਖਵਿੰਦਰ ਭਾਜੀ ਤਾਂ ਪਹਿਲਾਂ ਤਾਂ ਜੁਗਨੀ ਦਾ ਮਤਲਬ ਦੱਸ ਦਿਓ ਜੀ ਨਾਲੇ ਇਹਨੂੰ ਤੇ ਕਿਹੋ ਜਿਹੀ ਲੱਗੀ ਪਰਫਾਰਮੈਂਸ ਬੜਾ ਸੋਹਣਾ ਗਾਇਆ ਜਿੱਦਾਂ ਦਾ ਗੀਤ ਹੈ ਉਦਾਂ ਦਾ ਸਾਦਾ ਜਿਹਾ ਪਹਿਰਾਵਾ ਇਸ ਬੱਚੇ ਦਾ ਬਿਲਕੁਲ ਸੂਫੀ ਪਹਿਰਾਵਾ ਵੀ ਅਤੇ ਗੀਤ ਵੀ ਜੁਗਨੀ ਆਪਣੇ ਮੁਰਸ਼ਦ ਦੀ ਆਪਣੇ ਗੁਰੂ ਦੀ ਆਪਣੇ ਪੀਰ ਦੀ ਆਪਣੇ ਵੱਡਿਆਂ ਦੀ ਵਡਿਆਈ ਦਾ ਨਾਮ ਜਾਂ ਸੱਚ ਦਾ ਦੂਸਰਾ ਨਾਮ ਜੁਗਨੀ ਹੈ ਸਿਫਤ ਦਾ ਦੂਸਰਾ ਨਾਮ ਜੁਗਨੀ ਹੈ ਔਰ ਫਕੀਰਾਂ ਦੇ ਗਲ 'ਚ ਪਾਇਆ ਹੋਇਆ ਗਹਿਣਾ ਇੱਕ ਜੁਗਨੀ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਮੈਂ ਤੇਰੀ ਹਾਂ ਸੋ ਉਹ ਜੁਗਨੀ ਜੋ ਸੱਚ ਬੋਲਦੀ ਹੈ ਜੁਗਨੀ ਤੇਰੇ ਅੰਦਰ ਬੈਠੀ ਉਹ ਸੱਚ ਕਿਹੜਾ ਸੱਚ ਹੈ ਜੁਗਨੀ ਤੇਰੇ ਅੰਦਰ ਬੈਠੀ ਪਾਉਂਦੀ ਰਹਿੰਦੀ ਬਾਤਾਂ ਕਿਉਂ ਵਹਿੰਦਾ ਏ ਚਾਰ ਚੁਫੇਰੇ ਪਾ ਅੰਦਰ ਨੂੰ ਚਾਟਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੁਗਨੀ ਤੇਰੇ ਅੰਦਰ ਬੈਠੀ ਪਾਉਂਦੀ ਰਹਿੰਦੀ ਬਾਤਾਂ ਕਿਉਂ ਵਹਿੰਦਾ ਏ ਚਾਰ ਚੁਫੇਰੇ ਪਾ ਅੰਦਰ ਨੂੰ ਚਾਟਾਂ ਪਾ ਦੇ ਮੁਰਸ਼ਦ ਚਾਤ ਅੰਦਰ ਜੋ ਫਰਸ਼ੋਂ ਅਰਸ਼ ਪਚਾਈਂਦਾ ਜੁਗਨੀ ਕੱਤ ਦੀ ਚਰਖਾ ਨਾ ਲੈਂਦੀ ਸਾਈਂ ਦਾ ਕਿਆ ਬਾਤ ਹੈ ਜੀ ਬਹੁਤ ਖੂਬ ਤਾੜੀਆਂ ਹੋ ਜਾਣ ਬੱਚਿਓ ਜੁਗਨੀ ਥੈਂਕ ਯੂ ਭਾਜੀ ਤੇ ਰੋਸ਼ਨ ਭਾਜੀ ਕਿਹੋ ਜਿਹੀ ਲੱਗੀ ਫਿਰ ਜੁਗਨੀ ਸਾਜਨ ਸਿੰਘ ਦੀ ਇਹ ਮੁੰਡਾ ਅੱਜ ਬਹੁਤ ਖੁਸ਼ ਹੋ ਕੇ ਗਾ ਰਿਹਾ ਸੀ ਬਹੁਤ ਮੈਨੂੰ ਬਹੁਤ ਮਜ਼ਾ ਆਇਆ ਤੇਰੇ ਨਾਲ ਅਸੀਂ ਵੈਸੇ ਜੁੜ ਗਏ ਸੀ ਤੇ ਨਾਲ ਨਾਲ ਗਾਉਣ ਦੀ ਕੋਸ਼ਿਸ਼ ਕੀਤੀ ਨਾਲ ਗਾਇਆ ਬਹੁਤ ਕਮਾਲ ਹੈ
ਬੱਚੇ ਹੋਰ ਬਹੁਤ ਸਾਰੀਆਂ ਤਰੱਕੀਆਂ ਕਰੋ ਔਰ ਚੰਗਾ ਹੋਰ ਚੰਗਾ ਸੁਣਨ ਦੀ ਆਦਤ ਪਾਓ ਥੈਂਕ ਯੂ ਥੈਂਕ ਯੂ ਭਾਅ ਜੀ ਅਤੇ ਸਚਿਨ ਭਾਅ ਜੀ ਮੈਂ ਚਾਹੂੰਗਾ ਪਹਿਲਾਂ ਤੁਸੀਂ ਸੰਜੀਵ ਅੰਕਲ ਤੋਂ ਪੁੱਛੋ ਜੀ ਮੈਂ ਲਾਸਟ 'ਚ ਬੋਲੂੰ ਠੀਕ ਹੈ ਬੇਟਾ ਬਹੁਤ ਬਹੁਤ ਹੀ ਵਧੀਆ ਇੱਕ ਵਾਰੀ ਰੱਬ ਨੇ ਚਾਰ ਜੀਵ ਬਣਾਏ ਮੈਂ ਗੱਲ ਸੁਣਾਉਣਾ ਚਾਰ ਜੀਵ ਬਣਾਏ ਇੱਕ ਆਦਮੀ ਬਣਾਇਆ ਅਤੇ ਇੱਕ ਬਲਦ ਬਣਾਇਆ ਇੱਕ ਕੁੱਤਾ ਅਤੇ ਇੱਕ ਉੱਲੂ ਚਾਰਾਂ ਨੂੰ 40-40 ਸਾਲ ਉਮਰ ਦੇ ਦਿੱਤੀ ਪਰਮਾਤਮਾ ਨੇ ਅਤੇ ਆਦਮੀ ਕਹਿੰਦਾ ਵੀ ਮੇਰੇ ਲਈ ਤਾਂ 40 ਸਾਲ ਬਹੁਤ ਘੱਟ ਨੇ ਇੰਨੇ 'ਚ ਪਰੇ ਖੜਾ ਸੀ ਬਲਦ ਕਹਿੰਦਾ ਮਹਾਰਾਜ ਮੈਨੂੰ ਤਾਂ ਕਦੇ ਗੱਡੇ ਅੱਗੇ ਜੋੜ ਲੈਣਾ ਕਦੇ ਇਹਨਾਂ ਨੇ ਹਲ ਅੱਗੇ ਜੋੜ ਲੈਣਾ ਕਦੇ ਕਿਸੇ ਕੰਮ ਕਦੇ ਕਿਸੇ ਕੰਮ ਮੇਰੀ ਉਮਰ ਬਹੁਤ ਜ਼ਿਆਦਾ ਮੇਰੀ ਅੱਧੀ ਕਰ ਦਿਓ ਪਰਮਾਤਮਾ ਕਹਿਣ ਲੱਗਿਆ ਵੀ ਤੇਰੀ ਅੱਧੀ ਤਾਂ ਕਰ ਦਈਏ ਦੇਵਾਂਗੇ ਕਿਹਨੂੰ ਆਦਮੀ ਲਾਲਚੀ ਕਹਿੰਦਾ ਇੱਧਰ ਕਰ ਦਿਓ ਵੀ ਉਹਦੇ ਲੈ ਗਿਆ ਪਰ ਇਹ ਕੁੱਤਾ ਖੜਾ ਸੀ ਉਹ ਕਹਿਣ ਲੱਗਿਆ ਬਈ ਮਹਾਰਾਜ ਮੈਨੂੰ ਤਾਂ ਦਰ ਦਰ ਦੁਰ ਦੁਰ ਹੁੰਦੀ ਹੈ ਕੋਈ ਇੱਟ ਮਾਰਦਾ ਕੋਈ ਵੱਟਾ ਮਾਰਦਾ ਕੋਈ ਸੂਟੀ ਮਾਰਦਾ ਮੇਰੀ ਉਮਰ ਵੀ 40 ਸਾਲ ਬਹੁਤ ਜ਼ਿਆਦਾ ਮੇਰੀ ਵੀ ਤੁਸੀਂ ਅੱਧੀ ਕਰ ਦਿਓ ਉਹ ਕਹਿੰਦੇ ਵੀ ਕਰ ਤਾਂ ਦਈਏ ਅੱਧੀ ਦੇਵਾਂਗੇ ਕਿਹਨੂੰ ਫਿਰ ਆਦਮੀ ਲਾਲਚੀ ਪਿੱਛੇ ਖੜਾ ਸੀ ਕਹਿੰਦਾ ਮੈਨੂੰ ਦੇ ਦਿਓ ਪਿੱਛੇ ਉੱਲੂ ਰਹਿ ਗਿਆ ਉੱਲੂ ਕਹਿੰਦਾ ਮੈਨੂੰ ਰਾਤ ਨੂੰ ਦਿੰਦਾ ਜੀ ਦਿਨੇ ਦਿੰਦਾ ਨਹੀਂ ਮੇਰਾ ਬੁਰਾ ਹਾਲ ਹੈ ਮੈਂ 40 ਸਾਲ ਜੀ ਕੇ ਕੀ ਕਰੂੰਗਾ ਮੇਰੀ ਵੀ ਅੱਧੀ ਕਰ ਦਿਓ ਅਤੇ ਉਹ ਕਹਿਣ ਲੱਗੇ ਵੀ ਐਸਾ ਚੱਲ ਵੀ ਤੇਰੀ ਅੱਧੀ ਤਾਂ ਕਰ ਦਿੰਦੇ ਹਾਂ ਦੇਵਾਂਗੇ ਕਿਹਨੂੰ ਆਦਮੀ ਫਿਰ ਲਾਲਚੀ ਕਹਿੰਦਾ ਮੈਨੂੰ ਦੇ ਦਿਓ ਹੁਣ ਤੁਸੀਂ ਜੇ ਆਦਮੀ ਦੀ ਜ਼ਿੰਦਗੀ ਦਾ ਅਸਲੀ ਸਵਾਦ ਦੇਖੋ ਉਹ 40 ਸਾਲ ਤੱਕ ਆਦਮੀ ਰਹਿੰਦਾ ਹੈ 40 ਤੋਂ 60 ਸਾਲ ਤੱਕ ਉਹਦੇ ਬੱਚੇ ਜਵਾਨ ਹੋਣ ਲੱਗਦੇ ਹੈ ਲੈ ਵੀ ਮੈਂ ਕੁੜੀ ਲਈ ਮੁੰਡਾ ਦੇਖਣਾ ਮੁੰਡੇ ਲਈ ਕੁੜੀ ਦੇਖਣੀ ਹੈ ਇਹਨੂੰ ਪੜ੍ਹਾਉਣਾ ਇਹਨੂੰ ਲਿਖਾਉਣਾ 40 ਤੋਂ 60 ਸਾਲ ਉਹ ਬਲਦ ਰਹਿੰਦਾ 60 ਤੋਂ 80 ਦੀ ਜਦੋਂ ਦੌਰ 'ਚ ਆਉਂਦਾ ਉਹ 60 ਤੋਂ 80 ਦੌਰ 'ਚ ਜਿਹੜੇ ਆਪਣੇ ਪੜ੍ਹਾਏ ਹੁੰਦੇ ਆ ਉਹ ਹੀ ਗੱਲ ਸੁਣਦੇ ਨਹੀਂ ਉਹ ਪਿੱਛੇ ਬੈਠਾ ਬੋਲੀ ਜਾਂਦਾ ਉਹ ਸੁਣ ਲਓ ਮੈਂ ਤੁਹਾਨੂੰ ਕਿਹਾ ਸੀ ਉਹ ਤੁਹਾਨੂੰ ਸਮਝਾਉਣਾ ਤੁਹਾਨੂੰ ਸਮਝਾਉਣਾ ਫਿਰ ਉਹ ਪਤਾ ਕੀ ਕਹਿੰਦਾ ਆ ਬੁੜਾ ਪਿੱਛੇ ਬੈਠਾ ਕੁੱਤੇ ਵਾਂਗੂ ਭੌਂਕੀ ਜਾਂਦਾ 60 ਤੋਂ 80 ਉਹ ਫਿਰ 80 ਤੋਂ 100 ਉਹਨੂੰ ਕੋਈ ਦਿਖਦਾ ਨਹੀਂ ਵਿਚਾਰੇ ਨੂੰ ਉਹ ਇੱਦਾਂ ਹੀ ਦੇਖੀ ਜਾਂਦਾ ਕਰਕੇ ਉਹ ਭਾਈ ਕਿਹੜਾ ਆਇਆ ਕਿਹੜਾ ਗਿਆ ਕਿਹੜਾ ਆਇਆ ਕਿਹੜਾ ਗਿਆ ਅਤੇ 60 ਤੋਂ 80 ਬੁੜੀਆਂ ਕਹਿੰਦੇ ਵੇਖ ਕਿਵੇਂ ਉੱਲੂ ਵਾਂਗੂ ਝਾਕੀ ਜਾਂਦਾ ਅਤੇ ਬੇਟਾ 40 ਸਾਲ ਆਦਮੀ ਦੀ ਉਮਰ ਹੈਗੀ ਹੈ ਅਤੇ ਉਹਦੇ ਤੋਂ ਵੀ ਜਿਹੜਾ ਖੂਬਸੂਰਤ ਪੜਾਅ ਹੈ ਸਭ ਨਾਲੋਂ ਇਹ ਤੁਹਾਡਾ ਅਤੇ ਤੁਸੀਂ ਮੌਜਾਂ ਕਰੋ ਨਾ ਜਿਉਂਦੇ ਰਹੋ ਬਹੁਤ ਵਧੀਆ ਕਿਆ ਬਾਤ ਹੈ ਜੀ ਕਿਆ ਬਹੁਤ ਖੂਬ ਭਾਜੀ ਬਹੁਤ ਖੂਬ ਦੇਖੋ ਜੀ ਇਹਨੂੰ ਕਹਿੰਦੇ ਹਾਂ ਕਿ ਤਜ਼ਰਬਾ ਜਦੋਂ ਸਾਹਮਣੇ ਆਉਂਦਾ ਤਾਂ ਇੱਦਾਂ ਦੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਸਿੱਖਣ ਦੇ ਲਈ ਥੈਂਕ ਯੂ ਸੋ ਮੱਚ ਸੰਜੀਵ ਜੀ ਬਹੁਤ ਸ਼ੁਕਰੀਆ ਸਚਿਨ ਭਾਜੀ ਮੈਂ ਤਾਂ ਉੱਧਰ ਆ ਰਿਹਾ ਚਰਖਾ